ਤੇ ਜੋ ਸਾਰੀ ਦੀ ਸਾਰੀ ਹਾਈ ਕਮਾਂਡ ਹੈ ਉਹਨਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਮੈਨੂੰ ਇਸ ਬਹੁਤ ਹੀ ਵਧੀਆ ਤੇ ਬਹੁਤ ਹੀ ਅੱਛੇ ਮੌਕੇ ਦੇ ਨਾਲ ਜੋ ਮੈਨੂੰ ਚੁਣਿਆ ਹੈ ਮੈਨੂੰ ਟਿਕਟ ਦੇ ਨਾਲ ਨਿਵਾਜਿਆ ਹੈ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਡਾਕਟਰੀ ਮੈਂ ਇਸ ਕਰਕੇ ਸ਼ੁਰੂ ਕੀਤੀ ਸੀ ਤਾਂ ਕਿ ਮੈਂ ਲੋਕਾਂ ਦੀ ਸੇਵਾ ਕਰ ਸਕਾਂ ਜੋ ਮੈਂ ਸ਼ੁਰੂ ਤੋਂ ਮੈਨੂੰ ਜੋ ਲੋਕਾਂ ਦੀ ਸੇਵਾ ਦਾ ਬਹੁਤ ਹੀ ਜ਼ਿਆਦਾ ਉਤਸ਼ਾਹ ਰਹਿੰਦਾ ਹੈ ਮੈਨੂੰ ਬਹੁਤ ਹੀ ਜ਼ਿਆਦਾ ਸ਼ੌਂਕ ਹੈ ਮੇਰੇ ਫਾਦਰ ਸਾਹਿਬ ਨੇ ਇੰਨੀ ਵਧੀਆ ਤਰੀਕੇ ਨਾਲ ਜੋ ਰਾਜਨੀਤੀ ਕੀਤੀ ਹੈ ਪਹਿਲਾਂ MLA ਰਹੇ ਨੇ ਦੋ ਵਾਰੀ ਫਿਰ ਹੁਣ ਮੈਂਬਰ ਪਾਰਲੀਮੈਂਟ ਬਣੇ ਆ ਉਹਨਾਂ ਨੂੰ ਦੇਖ ਕੇ ਜੋ ਮੈਨੂੰ ਇੰਨਾ ਅੱਛਾ ਲੱਗਿਆ ਕਿ ਜੋ ਲੋਕਾਂ ਦੀ ਸੇਵਾ ਕਰਦੇ ਆ ਅਤੇ ਲੋਕਾਂ ਤੋਂ ਪਿਆਰ ਵੀ ਮਿਲਦਾ ਹੈ ਉਸ ਸੇਵਾ ਦਾ ਅਤੇ ਮੈਂ ਉਸਨੂੰ ਦੇਖ ਕੇ ਮੇਰਾ ਵੀ ਬਹੁਤ ਜ਼ਿਆਦਾ ਉਤਸ਼ਾਹ ਹੈ ਮੇਰਾ ਬਹੁਤ ਜ਼ਿਆਦਾ ਮਨ ਕੀਤਾ ਹੈ ਕਿ ਮੈਂ ਵੀ ਪੋਲੀਟਿਕਸ ਦੇ ਵਿੱਚ ਆਵਾਂ ਅਤੇ ਲੋਕਾਂ ਦੀ ਹੋਰ ਸੇਵਾ ਕਰਾਂ ਸਭ ਤੋਂ ਪਹਿਲਾਂ ਤਾਂ ਮੈਂ ਜੋ ਸਾਡੀ ਆਮ ਆਦਮੀ ਪਾਰਟੀ ਹੈ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜੋ ਸਾਡੇ ਪਾਰਟੀ ਸੁਪਰੀਮੋ ਹੈ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਾਡੇ ਬਹੁਤ ਹੀ ਮਾਣਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਅਤੇ ਜੋ ਸਾਡੀ ਪਾਰਟੀ ਜਨਰਲ ਸੈਕਟਰੀ ਹੈ ਡਾਕਟਰ ਸੰਦੀਪ ਪਾਠਕ ਜੀ ਅਤੇ ਜੋ ਸਾਰੀ ਦੀ ਸਾਰੀ ਹਾਈ ਕਮਾਂਡ ਹੈ ਉਹਨਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਮੈਨੂੰ ਇਸ ਬਹੁਤ ਹੀ ਵਧੀਆ ਅਤੇ ਬਹੁਤ ਹੀ ਅੱਛੇ ਮੌਕੇ ਦੇ ਨਾਲ ਜੋ ਮੈਨੂੰ ਚੁਣਿਆ ਹੈ ਮੈਨੂੰ ਟਿਕਟ ਦੇ ਨਾਲ ਨਿਵਾਜਿਆ ਹੈ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਦੇਖੋ ਮੁੱਦੇ ਜੋ ਹੈ ਸਾਡੀ ਆਮ ਆਦਮੀ ਪਾਰਟੀ ਦੀ ਜੋ ਸਰਕਾਰ ਹੈ ਜੋ 2.5 ਸਾਲ ਪਹਿਲਾਂ ਬਣੀ ਸੀ ਉਹ ਉਦੋਂ ਦੇ ਹੀ Day 1 ਤੋਂ ਮਿਹਨਤ ਕਰ ਰਹੇ ਆ ਜੋ ਸਾਰੇ ਮੁੱਦੇ ਆ ਉਹਨਾਂ ਨੂੰ ਜੋ ਕਰਨ ਦਾ ਜੋ ਸਾਰੀਆਂ ਸੇਵਾਵਾਂ ਹੈ ਉਹਨਾਂ ਨੂੰ ਬਿਹਤਰ ਕਰਨ ਦਾ ਤਾਂ ਕਿ ਜੋ ਪੰਜਾਬ ਜੋ ਪੂਰੀ ਸਟੇਟ ਦਾ ਵਿਕਾਸ ਬਹੁਤ ਅੱਛੀ ਤਰ੍ਹਾਂ ਹੋ ਸਕੇ ਚਾਹੇ ਉਹ ਸਿਹਤ ਦਾ ਮੁੱਦਾ ਹੋਵੇ ਤਾਂ ਅਸੀਂ ਸਾਢੇ 800 ਆਮ ਆਦਮੀ ਕਲੀਨਿਕ ਜੋ ਮੁਹੱਲਾ ਕਲੀਨਿਕ ਹੈ ਉਹ ਖੁੱਲ੍ਹ ਚੁੱਕੇ ਨੇ ਵੱਖ ਵੱਖ ਜਗ੍ਹਾਵਾਂ 'ਤੇ ਜਿੱਥੇ ਬਹੁਤ ਹੀ ਵਧੀਆ ਸਿਹਤ ਦੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਨੇ ਲੋਕਾਂ ਨੂੰ ਅਤੇ ਜੋ ਬਿਜਲੀ ਦਾ ਬਿੱਲ ਹੈ ਉਸ ਤੋਂ ਉਹ ਮਾਫ਼ ਕਰ ਦਿੱਤੇ ਗਏ 600 ਯੂਨਿਟ ਤੱਕ ਉਹ ਜੋ ਲੋਕਾਂ ਨੂੰ ਬਹੁਤ ਹੀ ਜ਼ਿਆਦਾ ਵੱਡੀ ਰਾਹਤ ਹੈ ਅਤੇ ਲੋਕ ਬਹੁਤ ਖੁਸ਼ ਨੇ ਉਸ ਤੋਂ ਲੈ ਕੇ ਅਤੇ ਜੋ ਕੰਢੀ ਕਨਾਲ ਦੇ ਵਿੱਚ ਜੋ ਪਾਣੀ ਪਹਿਲਾਂ ਆਇਆ ਨਹੀਂ ਸੀ ਕਦੇ ਤਾਂ ਹੁਣ ਉਹ ਪਾਣੀ ਆ ਰਿਹਾ ਹੈ ਸਾਡੀ ਆਮ ਆਦਮੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਅਤੇ ਉਹ ਉਸ 'ਤੇ ਕਰਕੇ ਜੋ ਕਿਸਾਨਾਂ ਨੂੰ ਹੈ ਬਹੁਤ ਵੱਡੀ ਰਾਹਤ ਮਿਲੀ ਹੈ ਅਤੇ ਜੋ ਹੋਰ ਵੀ ਮੁੱਦੇ ਆ ਜਿਸ ਤਰ੍ਹਾਂ ਸਪੈਸ਼ਲੀ ਜੋ ਯੂਥ ਦਾ ਜੋ ਹੈ ਉਹ ਮੈਂ ਯੂਥ ਨੂੰ ਲੈ ਕੇ ਬਹੁਤ ਉਤਸ਼ਾਹਿਤ ਹੈ ਮੇਰਾ ਬਹੁਤ ਹੀ ਵੱਡਾ ਫੋਕਸ ਹੈ ਜੋ ਯੂਥ 'ਤੇ ਹੈ ਅਤੇ ਇਸੇ ਤਰ੍ਹਾਂ ਜੋ ਸਪੋਰਟਸ ਨੂੰ ਲੈ ਕੇ ਅਤੇ ਜੋ ਸਟੇਡੀਅਮ ਹੈਗੇ ਆ ਯੂਥ 'ਤੇ ਖੇਡਣ ਦੇ ਲਈ ਉਹਨਾਂ ਦਾ ਵਿਕਾਸ ਕੀਤਾ ਜਾ ਰਿਹਾ ਔਲਰੇਡੀ ਡਾਕਟਰ ਰਾਜ ਕੁਮਾਰ ਸੱਭੇਵਾਲ ਜੋ ਮੈਂਬਰ ਪਾਰਲੀਮੈਂਟ ਹੁਸ਼ਿਆਰਪੁਰ ਹੈ ਉਹਨਾਂ ਨੇ ਔਲਰੇਡੀ ਘੱਟੋ ਘੱਟ 2.5 ਕਰੋੜ ਦਾ ਜੋ ਅਮਾਊਂਟ ਹੈ ਉਹ ਪਾ ਦਿੱਤਾ ਹੈ ਅਲੱਗ ਅਲੱਗ ਸਟੇਡੀਅਮ ਦੇ ਲਈ ਹਲਕਾ ਚੱਬੇਵਾਲ ਦੇ ਵਿੱਚ ਅਤੇ ਉਹ ਕੰਮ ਸ਼ੁਰੂ ਹੋ ਚੁੱਕਾ ਹੈ ਅਤੇ ਇਸੇ ਤਰ੍ਹਾਂ ਹੀ ਆਪਾਂ ਹੋਰ ਵੀ ਜੋ ਜਿਮ ਦੇ ਹੈਗੇ ਹੈ ਬਹੁਤ ਜਗ੍ਹਾ ਗ੍ਰਾਂਟ ਪੈ ਚੁੱਕੀ ਹੈ ਬਹੁਤ ਪਿੰਡਾਂ ਦੇ ਵਿੱਚ ਅਤੇ ਇਸੇ ਤਰ੍ਹਾਂ ਆਪਾਂ ਹੋਰ ਵੀ ਕੰਮ ਕਰੀ ਜਾਣੇ ਹਨ ਜੇਕਰ ਫੈਮਿਲੀ ਦੀ ਗੱਲ ਕਰੀਏ ਤਾਂ ਫੈਮਿਲੀ ਸਾਰੇ ਪਰਿਵਾਰ ਡਾਕਟਰ ਹੈ ਕਿ ਤੁਸੀਂ ਵੀ ਡਾਕਟਰ ਹੋ ਅਤੇ ਤੁਹਾਡੇ ਫਾਦਰ ਸਾਹਿਬ MP ਨੇ ਤੁਸੀਂ ਕਿੱਦਾਂ ਕੀ ਚੱਲ ਰਿਹਾ ਕਿ ਤੁਸੀਂ ਵੀ ਪੋਲੀਟਿਕਸ ਦੇ ਵਿੱਚ ਆ ਰਹੇ ਹੋ ਕੀ ਸੋਚਿਆ ਦੇਖੋ ਡਾਕਟਰੀ ਮੈਂ ਇਸ ਕਰਕੇ ਹੀ ਸ਼ੁਰੂ ਕੀਤੀ ਸੀ ਤਾਂ ਕਿ ਮੈਂ ਲੋਕਾਂ ਦੀ ਸੇਵਾ ਕਰ ਸਕਾਂ ਜੋ ਮੈਂ ਸ਼ੁਰੂ ਤੋਂ ਮੈਨੂੰ ਜੋ ਲੋਕਾਂ ਦੀ ਸੇਵਾ ਦਾ ਬਹੁਤ ਹੀ ਜ਼ਿਆਦਾ ਉਤਸ਼ਾਹ ਰਹਿੰਦਾ ਹੈ ਮੈਨੂੰ ਬਹੁਤ ਹੀ ਜ਼ਿਆਦਾ ਸ਼ੌਂਕ ਹੈ ਕਿਉਂਕਿ ਹੁਣ ਡਾਕਟਰ ਰਾਜ ਕੁਮਾਰ ਚੱਬੇਵਾਲ ਜੀ ਨੂੰ ਜਦ ਮੈਂ ਮੇਰੇ ਫਾਦਰ ਸਾਹਿਬ ਹੈ ਮੇਰੇ ਰੋਲ ਮਾਡਲ ਹੈ ਸ਼ੁਰੂ ਤੋਂ ਅਤੇ ਉਹਨਾਂ ਨੂੰ ਜਦ ਮੈਂ ਪੋਲੀਟਿਕਸ ਦੇ ਵਿੱਚ ਆਉਂਦੇ ਦੇਖਿਆ ਪਹਿਲਾਂ ਤਾਂ ਮੈਨੂੰ ਲੱਗਾ ਕਿ ਸ਼ਾਇਦ ਜਿੱਦਾਂ ਪੋਲੀਟਿਕਸ ਦਾ ਜੋ ਜਨਰਲ ਇੰਪਰੈਸ਼ਨ ਹੁੰਦਾ ਹੈ ਲੋਕਾਂ ਦਾ ਕਿ ਨਹੀਂ ਹੁੰਦਾ ਇੰਨਾ ਵਧੀਆ ਬਟ ਜੋ ਮੇਰੇ ਫਾਦਰ ਸਾਹਿਬ ਨੇ ਇੰਨੀ ਵਧੀਆ ਤਰੀਕੇ ਨਾਲ ਜੋ ਰਾਜਨੀਤੀ ਕੀਤੀ ਹੈ ਪਹਿਲਾਂ MLA ਰਹੇ ਨੇ ਦੋ ਵਾਰੀ ਫਿਰ ਹੁਣ ਮੈਂਬਰ ਪਾਰਲੀਮੈਂਟ ਬਣੇ ਆ ਉਹਨਾਂ ਨੂੰ ਦੇਖ ਕੇ ਜੋ ਮੈਨੂੰ ਇੰਨਾ ਅੱਛਾ ਲੱਗਿਆ ਕਿ ਜੋ ਲੋਕਾਂ ਦੀ ਸੇਵਾ ਕਰਦੇ ਆ ਅਤੇ ਲੋਕਾਂ ਤੋਂ ਪਿਆਰ ਵੀ ਮਿਲਦਾ ਹੈ ਉਸ ਸੇਵਾ ਦਾ ਅਤੇ ਮੈਂ ਉਸਨੂੰ ਦੇਖ ਕੇ ਮੇਰਾ ਵੀ ਬਹੁਤ ਜ਼ਿਆਦਾ ਉਤਸ਼ਾਹ ਹੈ ਮੇਰਾ ਬਹੁਤ ਜ਼ਿਆਦਾ ਮਨ ਕੀਤਾ ਹੈ ਕਿ ਮੈਂ ਵੀ ਪੋਲੀਟਿਕਸ ਦੇ ਵਿੱਚ ਆਵਾਂ ਅਤੇ ਲੋਕਾਂ ਦੀ ਹੋਰ ਸੇਵਾ ਕਰਾਂ ਅਤੇ ਮੇਰੇ ਚਾਚਾ ਜੀ ਨੇ ਡਾਕਟਰ ਜਤਿੰਦਰ ਕੁਮਾਰ ਜੀ ਉਹਨਾਂ ਨੂੰ ਵੀ ਦੇਖ ਦੇਖ ਕੇ ਮੈਂ ਬਚਪਨ ਤੋਂ ਉਹਨਾਂ ਨੂੰ ਦੇਖਦਾ ਆ ਰਿਹਾ ਜੋ ਹੁਣ ਸਰਪੰਚ ਵੀ ਨੇ ਉਹਨਾਂ ਨੂੰ ਮੈਂ ਸਰਪੰਚੀ ਦੀ ਬਹੁਤ ਬਹੁਤ ਵਧਾਈ ਦੇਣਾ ਚਾਹੁੰਦਾ ਹਾਂ ਜਿੱਤਣ ਦੀ ਅਤੇ ਉਹ ਵੀ ਬਹੁਤ ਜ਼ਿਆਦਾ ਸ਼ੁਰੂ ਤੋਂ ਸੇਵਾ ਕਰਦੇ ਰਹੇ ਨੇ ਅਤੇ ਰੋਜ਼ ਹੀ ਉਹ ਲੋਕਾਂ ਦੇ ਵਿੱਚ ਵਿਛੜਦੇ ਨੇ ਅਤੇ ਮੈਂ ਤੁਹਾਡਾ ਸਾਰਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਜੋ ਤੁਸੀਂ ਇੱਧਰ ਆਏ ਥੈਂਕ ਯੂ ਤੁਸੀਂ ਨਵਨਿਯੁਕਤ MP ਹੋ ਮੈਂਬਰ ਪਾਰਲੀਮੈਂਟ ਹੁਸ਼ਿਆਰਪੁਰ ਤੋਂ ਤੁਹਾਡੇ ਬੇਟੇ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਸੋ ਕੀ ਕਹਿਣਾ ਚਾਹੁੰਦੇ ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਮਾਣਯੋਗ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ XCM ਦਿੱਲੀ ਮੈਂ ਉਹਨਾਂ ਦਾ ਸਾਡੇ ਮਾਣਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਔਰ ਸਾਡੇ ਸੰਗਠਨ ਦੇ ਮਹਾਮੰਤਰੀ ਸ਼੍ਰੀ ਸੰਦੀਪ ਪਾਠਕ ਜੀ ਦਾ ਅਤੇ ਸਮੁੱਚੀ ਲੀਡਰਸ਼ਿਪ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਜਿੱਥੇ ਮੈਨੂੰ ਪਹਿਲਾਂ ਮੈਂਬਰ ਪਾਰਲੀਮੈਂਟ ਦੀ ਟਿਕਟ ਨਾਲ ਨਿਵਾਜਿਆ ਮੈਨੂੰ ਚੋਣ ਲੜਨ ਦਾ ਮੌਕਾ ਦਿੱਤਾ ਔਰ ਉਸ ਤੋਂ ਬਾਅਦ ਡਾਕਟਰ ਇਸ਼ਾਂਕ ਨੂੰ ਉਹਨਾਂ ਨੇ ਜਿਹੜਾ ਇਸ ਸੇਵਾ ਦੇ ਲਈ ਜ਼ਿਮਨੀ ਚੋਣ ਦੀ ਸੇਵਾ ਦੇ ਲਈ ਚੁਣਿਆ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਔਰ ਮੈਂ ਧੰਨਵਾਦੀ ਹਾਂ ਕਿ ਸਾਡੇ ਮੇਰੇ ਛੋਟੇ ਵੀਰ ਜਤਿੰਦਰ ਜੀ ਜਿਨ੍ਹਾਂ ਦਾ ਹਮੇਸ਼ਾ ਬਹੁਤ ਵੱਡਾ ਸਹਿਯੋਗ ਰਿਹਾ ਔਰ ਜਿਨ੍ਹਾਂ ਨੇ ਹਮੇਸ਼ਾ ਮੋਢੇ ਨਾਲ ਮੋਢਾ ਲਾ ਕੇ ਮੇਰੇ ਨਾਲ ਚੱਲੇ ਨੇ ਅਤੇ ਪਿੱਛੇ ਮੈਂ ਸਮਝਦਾ ਕਿ
कोई ऐसी हुण तां इलैक्शन ही रह गई जिहड़ी असीं ना लड़ी होवे, सरपंची तो लै के एम एल ए फिर एम पी, सो सारियां इलैक्शनां जिहड़ियां लड़ियां ने। सो इस बार सरपंची दे विच वी जतिंदर जी ने बहुत अच्छा प्रदर्शन किया और पिंड दे विच जिहड़ी आ रिकॉर्ड तोड़ जित जिहड़ी आ ਉਹ ਹਾਸਲ ਕੀਤੀ। ਮੈਂ ਉਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਅਤੇ ਉਹਨਾਂ ਦਾ ਵੀ ਸੋਨੀਆ ਜੀ ਦਾ ਸਮੁੱਚੇ ਪਰਿਵਾਰ ਦਾ ਸਾਰਿਆਂ ਦਾ ਅਤੇ ਸਾਰੀ ਜਿਹੜਾ ਹਲਕੇ ਦਾ ਪਰਿਵਾਰ ਹੈ ਮੇਰਾ ਸਾਰਿਆਂ ਦਾ ਬਹੁਤ ਵੱਡਾ ਸਹਿਯੋਗ ਰਿਹਾ। ਸਾਰਿਆਂ ਦਾ ਬਹੁਤ ਧੰਨਵਾਦ ਕਰਦਾ।